ਆਪਾਂ ਬਣਾਵਾਂਗੇ ਮੂੰਗੀ ਦੀ ਦਾਲ ਦਾ ਹਲਵਾ। ਇੱਕ ਕੌਲੀ ਧੋਵੀ ਮੂੰਗੀ ਦਾਲ ਲੈਤੀ ਆ, ਇੱਕ ਕੌਲੀ ਚੀਨੀ ਦੀ ਲੈਤੀ ਆ, ਅੱਧੀ ਕੌਲੀ ਲੈਤੀ ਆਪਣੇ ਸੂਜੀ ਬਰੀਕ ਵਾਲੀ, ਇੱਕ ਕੌਲੀ ਲੈਤੀ ਆ ਘਿਓ, ਘਿਓ ਦੀ ਆਪਾਂ ਨੇ ਦੇਸੀ ਘਿਓ ਡਾਲਾ, ਘਿਓ ਪਾ ਸਕਦੇ ਹੋ, ਰਿਫਾਇੰਡ ਵੀ ਪਾ ਸਕਦੇ ਹੋ। ਆਪਾਂ ਲੈਤੀ ਆ ਇਲਾਇਚੀ, ਅਤੇ ਲੈਤੀਆਂ ਨੇ ਆਪਾਂ ਦਾਖਾਂ, ਕਾਜੂ ਅਤੇ ਮਗਜ਼ਾ, ਬਦਾਮ। ਬਦਾਮ ਨੂੰ ਆਪਾਂ ਕੱਟ ਲਾਂਗੇ, ਬਦਾਮ ਨੂੰ ਆਪਾਂ ਲੰਬੇ ਲੰਬੇ ਕੱਟ ਲੈਣੇ ਆ। ਬਦਾਮ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਲੰਬੇ ਲੰਬੇ, ਜ਼ਿਆਦਾ ਨਹੀਂ ਕਰਨੇ ਹੈਗੇ। ਬਦਾਮਾਂ ਦੇ ਆਪਾਂ ਦੋ ਦੋ ਫੜ ਕਰਕੇ, ਬਦਾਮ ਐਂ ਦੋ ਦੋ ਫੜ ਕਰਕੇ ਆਪਾਂ ਕੱਟ ਕੇ ਰੱਖ ਲਾਂਗੇ। ਆਪਾਂ ਇੱਕ ਕੌਲੀ ਲਿੱਤੀ ਦਾਲ ਦੀ, ਮੂੰਗੀ ਦਾਲ ਨੂੰ ਆਪਾਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਾਂਗੇ। ਇਹਨੂੰ ਆਪਾਂ ਦੋ ਤਿੰਨ ਘੰਟੇ ਭਿਉਂ ਕੇ ਰੱਖ ਲੈਣੀ ਆ। ਇਹਦੇ ਵਿੱਚ ਆਪਾਂ ਪਾ ਦਾਂਗੇ ਪਾਣੀ, ਪਾਣੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਇਹਨੂੰ ਡੁਬੋ ਕੇ ਰੱਖ ਲਾਂਗੇ। ਦੋ ਤਿੰਨ ਘੰਟੇ ਆਪਾਂ ਭਿਉਂ ਕੇ, ਦੋ ਘੰਟੇ ਹੋ ਗਏ ਨੇ, ਦਾਲ ਭਿੱਜ ਕੇ ਆਪਣੀ ਪੂਰੀ ਚੰਗੀ ਤਰ੍ਹਾਂ ਬਣ ਗਈ ਆ। ਐਂ ਕਰਕੇ ਦਾਲ ਨੂੰ ਚੈੱਕ ਵੀ ਕਰ ਸਕਦੇ ਹਾਂ, ਦਾਲ ਆਪਣੀ ਪੂਰੀ ਚੰਗੀ ਤਰ੍ਹਾਂ ਭਿੱਜ ਚੁੱਕੀ ਆ। ਦੋ ਘੰਟੇ ਆਪਾਂ ਭਿਉਂ ਲਿੱਤੀ ਦਾਲ, ਹੁਣ ਆਪਾਂ ਇਹਨੂੰ ਸਾਲਣੀ ਵਿੱਚ ਕੱਢ ਲਾਂਗੇ। ਦਾਲ ਦਾ ਆਪਾਂ ਸਾਰਾ ਪਾਣੀ ਬਾਹਰ ਕੱਢ ਦਾਂਗੇ। ਦਾਲ ਦਾ ਆਪਾਂ ਸਾਰਾ ਪਾਣੀ ਕੱਢ ਦਾਂਗੇ ਹੁਣ। ਦਾਲ ਦਾ ਆਪਾਂ ਸਾਰਾ ਪਾਣੀ ਕੱਢ ਲਿਆ, ਹੁਣ ਆਪਾਂ ਪਾ ਲਾਂਗੇ ਇਹਨੂੰ ਮਿਕਸੀ ਦੇ ਜੱਗ ਵਿੱਚ। ਇਹਨੂੰ ਕਰਾਂਗੇ ਆਪਾਂ ਮਿਕਸੀ, ਦਾਲ ਨੂੰ ਆਪਾਂ ਜੱਗ ਦੇ ਵਿੱਚ ਪਾ ਕੇ ਮਿਕਸੀ ਕਰ ਦਾਂਗੇ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜ੍ਹਾ ਜਿਹਾ ਪਾਣੀ, ਪਾਣੀ ਜ਼ਿਆਦਾ ਨਹੀਂ ਪਾਉਣਾ ਆਪਾਂ ਨੇ, ਪਾਣੀ ਇਹਦੇ ਵਿੱਚ ਆਪਾਂ ਨੇ ਥੋੜ੍ਹਾ ਹੀ ਪਾਉਣਾ। ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਕਰ ਲਾਂਗੇ, ਆਪਾਂ ਮਿਕਸੀ ਨੂੰ ਚਲਾਵਾਂਗੇ। ਵਿੱਚ ਦੀ ਆਪਾਂ ਦੇਖਦੇ ਰਹਾਂਗੇ, ਆਪਣੀ ਦਾਲ ਆ ਜਿਹੜੀ ਮਿਕਸੀ ਹੋ ਚੁੱਕੀ ਆ। ਆਪਾਂ ਮਿਕਸੀ ਕਰਕੇ ਇਹਨੂੰ ਦੇਖ ਲੈਣਾ, ਆਪਾਂ ਇਹਨੂੰ ਐਂ ਰੜਕਦੀ ਰੱਖ ਲੈਣਾ ਥੋੜ੍ਹੀ ਥੋੜ੍ਹੀ। ਮਿਕਸੀ ਆਪਾਂ ਹੋਰ ਚਲਾਵਾਂਗੇ, ਆਪਾਂ ਹੁਣ ਚੈੱਕ ਕਰਕੇ ਦੇਖਾਂਗੇ ਇਹਨੂੰ। ਆਪਣੀ ਦਾਲ ਬਿਲਕੁਲ ਹੋ ਗਈ ਆ, ਆਪਾਂ ਹੁਣ ਇਹਨੂੰ ਬਾਹਰ ਕੱਢ ਲਾਂਗੇ। ਦਾਲ ਆਪਣੀ ਹੋ ਚੁੱਕੀ ਆ, ਆਪਾਂ ਹੁਣ ਇਹਨੂੰ ਬਰਤਨ ਦੇ ਵਿੱਚ ਕੱਢ ਲਾਂਗੇ। ਜ਼ਿਆਦਾ ਪਤਲਾ ਨਹੀਂ ਕਰਨਾ ਆਪਾਂ ਨੇ ਇਹਨੂੰ, ਥੋੜ੍ਹਾ ਜਿਹਾ ਉਹ ਇੱਕ ਰੱਖਣਾ। ਦਾਲ ਆਪਣੀ ਬਣ ਕੇ ਫੁੱਲ ਕੇ ਤਿਆਰ ਹੋ ਚੁੱਕੀ ਆ, ਜ਼ਿਆਦਾ ਮੁਲਾਇਮ ਨਹੀਂ ਕਰਨੀ ਹੈਗੀ ਦਾਲ ਆਪਾਂ ਨੇ, ਤੁਸੀਂ ਦੇਖ ਸਕਦੇ ਹੋ ਦਾਲ ਮੋਟੀ ਮੋਟੀ ਪੀਸਣੀ ਆਪਾਂ ਨੇ। ਪਹਿਲਾਂ ਆਪਾਂ ਪਾਵਾਂਗੇ ਘਿਓ, ਆਪਾਂ ਪਾ ਲਾਂਗੇ ਇਹਦੇ ਵਿੱਚ ਦੇਸੀ ਘਿਓ ਜਿਹੜਾ ਆਪਾਂ ਲਿੱਤਾ ਸੀਗਾ, ਕੌਲੀ ਦੇਸੀ ਘਿਓ ਦੀ ਆਪਾਂ ਇਹਦੇ ਵਿੱਚ ਪਾ ਦਾਂਗੇ। ਦੇਸੀ ਘਿਓ ਨੂੰ ਗਰਮ ਹੋਣ ਦਾਂਗੇ ਆਪਾਂ ਇਹਨੂੰ ਥੋੜ੍ਹਾ ਜਿਹਾ, ਲੈ ਜਾਂਦੇ ਘਿਓ ਗਰਮ ਹੋ ਚੁੱਕਿਆ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸੂਜੀ, ਪਹਿਲਾਂ ਆਪਾਂ ਸੂਜੀ ਪਾ ਲੈਣੀ ਆ। ਸੂਜੀ ਪਾਉਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ। ਸੂਜੀ ਨੂੰ ਆਪਾਂ ਨੇ ਹਲਕਾ ਭੁੰਨ ਲੈਣਾ, ਜ਼ਿਆਦਾ ਨਹੀਂ ਭੁੰਨਣਾ ਹੈਗਾ। ਸੂਜੀ ਆਪਣੀ ਭੁੰਨੀ ਗਈ ਆ, ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦਾਲ। ਆਪਾਂ ਇਹ ਮਿਕਸੀ ਕਰਕੇ ਰੱਖੀ ਤੀ ਮੂੰਗੀ ਦਾਲ, ਉਹ ਪਾ ਦਾਂਗੇ ਆਪਾਂ ਇਹਦੇ ਵਿੱਚ। ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਈ ਚੱਲਾਂਗੇ, ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਆਪਾਂ ਭੁੰਨਾਂਗੇ, ਭੁੰਨਦੇ ਰਹਾਂਗੇ ਆਪਾਂ। ਮੂੰਗੀ ਦਾਲ ਆਪਣੀ ਭੁੰਨ ਕੇ ਰੈਡੀ ਹੋ ਚੁੱਕੀ ਆ, ਆਪਾਂ ਇਹਨੂੰ ਚੈੱਕ ਕਰਕੇ ਦੇਖ ਲਾਂਗੇ। ਮੂੰਗੀ ਦਾਲ ਆਪਣੀ ਬਿਲਕੁਲ ਰੈਡੀ ਹੋ ਚੁੱਕੀ ਆ, ਮੂੰਗੀ ਦਾਲ ਦੀ ਚਾਸਣੀ ਤਿਆਰ ਕਰਾਂਗੇ। ਆਪਾਂ ਇੱਕ ਕੌਲੀ ਲਿੱਤੀ ਸੀਗੀ ਆਪਾਂ ਨੇ ਚੀਨੀ ਦੀ, ਅਤੇ ਇਹੀ ਕੌਲੀ ਆ ਜਿਹਦੇ ਨੇ ਆਪਾਂ ਇੱਕ ਕੌਲੀ ਦਾਲ ਦੀ ਲਿੱਤੀ ਤੀ, ਇੱਕ ਕੌਲੀ ਚੀਨੀ ਦੀ, ਤਿੰਨ ਕੌਲੀਆਂ ਪਾ ਦਾਂਗੇ ਆਪਾਂ ਇਹਦੇ ਵਿੱਚ ਪਾਣੀ ਦੀਆਂ।
चाणी में चीनी आप हिलाई चलेंगे ये पा देंगे आप दो इलायची दो वाल आप इलायची भन के पा देंगे ये दो आप चंगी तरह वाली दे लेंगे पानी चंगी तरह वाली दे लेंगे पानी के ला देना अपने पीला रंग मूंगी दाल के अपने रंग नाल थोड़ा सैनिक आऊगी आप ला देंगे पीला रंग चीनी आप पूरी चंगी तरह खोल लेंगे पानी उबाली आ चुकी है हूँ आप गैस कर देंगे ऑफ पानी ला लेंगे थले आप जो पानी बना के रखा ती चीनी वाला पानी पा देंगे आप दाल के दाल के पाने तो बाद आप हौली हौली हिलाते जावे आप इस तरह हिलाई जाना आप चंगी तरह हिलाते जावे आप पका जावे ना हिलाते जावे इन आप होर हिलाई चलेंगे दो तीन मिनट आप पका रहेंगे जब तक पूरा पूरा गाढ़ा नहीं हो जाता जब तक ये टाइट नहीं हो जाता जब तक आप हिलाते जावे चंगी तरह अपना मूंगी दाल का हलवा सैट हो चुके हूँ आप खोआ मिला लेंगे ये एक कौली आप खोए की ऐड करा ये खोए में आप बरीक बरीक कर लेंगे खोए में आप बरीक बरीक भोर लेंगे मावा लेता आप एक कौली खोए की खोए में आप बरीक बरीक भोर लेंगे खोए में आप उत्ते सैट कर देंगे खोए में आप थोड़ा थोड़ा करके मूंगी दाल के आलू वास्ते उत्ते सैट कर देंगे बिच भी मिक्स कर सकते हो तुसीं बिच मिक्स करना तो कर सकते हो थोड़ा खोआ दे बिच मिक्स कर सकते हो आप खोआ चंगी तरह नाल कर लेंगे आप पावांगे उत्ते ड्राई फ्रूट जिहड़ा अपने बदाम कट के रखे थी ड्राई फ्रूट कट के रखे थी वो सारा आप हम ये पा देंगे हूँ आप टेस्ट करके देख लेंगे बहुत वधिया टेस्ट आ रहा तुसीं घर दे विच ट्राई करके देखो चैनल नूं सबसक्राइब करो मूंगी दाल का हलवा बना के देखो।